ਸਤਿ ਸ਼੍ਰੀ ਅਕਾਲ, ਮੈਂ ਹਾਮਰੀ ਤੁਰਦੀ ਅਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਇੱਕ ਨਵੇਂ ਵਿਸ਼ੇ ਦੀ ਗੱਲ ਕਰਦੇ ਹਾਂ ਅਤੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਅੱਜ ਗੱਲ ਕਰਾਂਗੇ 34 ਸਾਲਾਂ ਦੇ ਉਸ ਦੁਖਾਂਤ ਦੀ, ਜਿਹਦੇ ਵਿੱਚ 3 ਦਹਾਕਿਆਂ ਤੋਂ ਵੱਧ ਦੇ ਸਮੇਂ ਬਾਅਦ ਕੁਝ ਰਾਹਤ ਜਿਹੜੀ ਹੈ ਮਿਲੀ ਹੈ। ਸੱਜਣ ਕੁਮਾਰ, 84 ਸਿੱਖ ਨਸਲਕੁਸ਼ੀ, 84 ਕਤਲੇਆਮ ਦਾ ਮੁੱਖ ਮੁਲਜ਼ਮ ਜਿਹੜਾ ਹੈ, ਆਖਿਰਕਾਰ 34 ਸਾਲ ਬਾਅਦ ਜਿਹੜੀ ਤਾਂ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਉਹ ਸੱਜਣ ਕੁਮਾਰ ਨੂੰ ਸੁਣਾਈ ਗਈ ਹੈ। ਦਿੱਲੀ ਹਾਈ ਕੋਰਟ ਨੇ ਜਿਹੜਾ ਵੱਡਾ ਫੈਸਲਾ ਸੁਣਾਇਆ ਹੈ, ਜਿਹੜੀ ਹੁਣ ਇਸ ਮਹੀਨੇ ਦੇ ਅੰਤ ਤੱਕ ਜਿਹੜਾ ਹੈ ਉਹ ਸਰੈਂਡਰ ਕਰਨਾ ਹੋਵੇਗਾ ਸੱਜਣ ਕੁਮਾਰ ਨੂੰ। ਹਾਲਾਂਕਿ ਸੱਜਣ ਕੁਮਾਰ ਨੇ ਜਿਹੜਾ ਹੈ ਰਾਹਤ ਵਾਸਤੇ ਇੱਕ ਮਹੀਨੇ ਦੀ ਮੋਹਲਤ ਵੀ ਮੰਗੀ ਹੋਰ ਕਿ ਉਹਨੂੰ ਸਰੈਂਡਰ ਕਰਨ ਦੇ ਲਈ ਇੱਕ ਮਹੀਨੇ ਦਾ ਹੋਰ ਸਮਾਂ ਦਿੱਤਾ ਜਾਵੇ, ਪਰ ਮਾਨਯੋਗ ਜਿਹੜਾ ਹਾਈਕੋਰਟ ਹੈ ਉਹਨੇ ਵੀ ਉਹਦੀ ਅਰਜ਼ੀ ਜਿਹੜੀ ਹੈ ਉਹ ਠੁਕਰਾ ਦਿੱਤੀ ਹੈ। ਯਾਨੀ ਕਿ ਹੁਣ ਤੈਅ ਹੋ ਗਿਆ ਕਿ ਸੱਜਣ ਕੁਮਾਰ ਦਾ ਨਵਾਂ ਸਾਲ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਬੀਤੇਗਾ। ਉਹ ਸੱਜਣ ਕੁਮਾਰ ਜਿਹਨੇ ਪਤਾ ਨਹੀਂ ਸੈਂਕੜੇ ਸਿੱਖਾਂ ਦਾ ਜਿਹੜਾ ਹੈ ਉਸ ਸਮੇਂ 34 ਸਾਲ ਪਹਿਲਾਂ ਜੋ ਕਤਲੇਆਮ ਹੋਇਆ ਸੀ, ਸੈਂਕੜੇ ਸਿੱਖ ਜਿਹੜੇ ਸੀਗੇ ਉਹ ਉਸ ਸਮੇਂ ਸੈਂਕੜੇ ਘਰ ਬਰਬਾਦ ਕਰ ਦਿੱਤੇ ਗਏ। ਸੱਜਣ ਕੁਮਾਰ ਦੀ ਬਹੁਤ ਵੱਡੀ ਭੂਮਿਕਾ ਸੀ ਉਹਦੇ ਵਿੱਚ। ਆਖਿਰਕਾਰ 34 ਸਾਲ ਬਾਅਦ ਬੇਸ਼ੱਕ ਦੇਰ ਦੇ ਨਾਲ ਫੈਸਲਾ ਜਿਹੜਾ ਆਇਆ ਹੈ, ਪਰ ਕੁਝ ਰਾਹਤ ਜਿਹੜੀ ਜ਼ਰੂਰ ਦਿੱਤੀ ਹੈ, ਪੀੜਤਾਂ ਨੂੰ ਰਾਹਤ ਦਿੱਤੀ ਹੈ। ਪਰ ਆਮ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਹਾਈਕੋਰਟ ਦੇ ਫੈਸਲੇ ਨੂੰ ਕਿਸ ਤਰ੍ਹਾਂ ਦੇਖ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। 34 ਸਾਲ ਬਾਅਦ ਆਖਿਰਕਾਰ ਸੱਜਣ ਕੁਮਾਰ ਦੇ ਉੱਪਰ ਤਾਂ ਉਮਰ ਕੈਦ ਦਾ ਫੈਸਲਾ ਆਇਆ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਅੱਛਾ ਫੈਸਲਾ ਅਤੇ ਕੁਛ ਹੱਦ ਤੱਕ ਸਿੱਖ ਕਮਿਊਨਿਟੀ ਨੂੰ ਇਨਸਾਫ ਮਿਲਿਆ। ਕੁਛ ਹੱਦ ਤੱਕ ਕਿਉਂਕਿ 34 ਸਾਲ ਬਾਅਦ ਇੰਨਾ ਕੜਾ ਸੰਘਰਸ਼ ਕਰਨ ਤੋਂ ਬਾਅਦ ਜੇ ਕੋਈ ਫੈਸਲਾ ਆਇਆ ਅੱਜ ਕੋਰਟ ਦਾ, ਤਾਂ ਉਹ ਸਾਰਾ 100% ਤਾਂ ਉਹਨੂੰ ਨਹੀਂ ਕਿਹਾ ਜਾ ਸਕਦਾ, ਕਿਸੇ ਹੱਦ ਤੱਕ ਹੀ ਕਿਹਾ ਜਾ ਸਕਦਾ। ਅਤੇ ਹੁਣ ਤੱਕ 34 ਵਰ੍ਹਿਆਂ ਦੇ ਵਿੱਚ ਤੁਸੀਂ 84 ਨੂੰ ਲੈ ਕੇ ਕੀ ਕੁਝ ਦੇਖਿਆ ਸੁਣਿਆ? ਇਹ ਤਾਂ ਹਿਊਮੀਲੇਸ਼ਨ ਆ ਸਿੱਖਾਂ 'ਤੇ ਗੋਨੇ ਸਾਹਿਬ ਤੁਸੀਂ ਕਹੋ ਜਿਸ ਕਤਲੇਆਮ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ ਔਰ ਜਿਨ੍ਹਾਂ ਲੀਡਰਾਂ ਨੇ ਮਰਵਾਇਆ ਉਹ 34 ਸਾਲ ਤੱਕ ਆਜ਼ਾਦ ਘੁੰਮਦੇ ਰਹੇ। ਅੱਜ ਵੀ ਤੁਹਾਨੂੰ ਲੱਗਦਾ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਦਿੱਤੀ ਗਈ ਸੰਤੁਸ਼ਟ ਹੋ? ਨਹੀਂ, ਘੱਟ ਆ, ਉਹਨੂੰ ਫਸਾਇਆ ਮੌਤ ਹੋਣੀ ਚਾਹੀਦੀ ਸੀ। ਕਿਉਂਕਿ ਜੇਕਰ ਸੱਜਣ ਕੁਮਾਰ ਦੀ ਗੱਲ ਕਰਦੇ ਹਾਂ ਤਾਂ ਆਪਣੀ ਅੱਧੇ ਤੋਂ ਵੱਧ ਉਮਰ ਉਹ ਕੱਟ ਚੁੱਕਾ ਹੈ, ਹੁਣ ਪਿਛਲਾ ਜਿਹੜੀ ਉਹਦੇ ਕੁਝ ਸਾਲ ਰਹਿ ਗਏ ਨੇ ਜੀਵਨ ਦੇ, ਉਹ ਉਮਰ ਕੈਦ ਜੇਲ੍ਹ ਦੇ ਵਿੱਚ ਜਿਹੜਾ ਹੈ ਉਹ ਰਹੇਗਾ, ਤਾਂ ਕੀ ਲੱਗਦਾ ਕਿ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ? ਬਿਲਕੁਲ, ਫਾਂਸੀ ਜਾਣ ਤੱਕ ਉਹਦੇ ਘਰਦਿਆਂ ਨੂੰ ਉਹਨੇ ਪਤਾ ਲੱਗੇ ਕਿ ਜਿਸ ਹਿਸਾਬ ਨਾਲ ਉਹਨੇ ਹਜ਼ਾਰਾਂ ਸਿੱਖਾਂ ਨੂੰ ਮਰਵਾਇਆ, ਉਹਨਾਂ ਦੀ ਲੀਡਰੀ ਕੀਤੀ ਹੈ ਮਰਵਾਉਣ ਦੀ, ਉਹਨੂੰ ਸਜ਼ਾ ਅਤੇ ਸਜ਼ਾਏ ਮੌਤ ਤਾਂ ਬਹੁਤ ਛੋਟੀ ਸਜ਼ਾ ਸੀ ਉਹਦੇ ਵਾਸਤੇ। ਮੋਹਲਤ ਮੰਗੀ ਸੀਗੀ ਕਿ ਮੈਨੂੰ ਇੱਕ ਮਹੀਨਾ ਹੋਰ ਮੋਹਲਤ ਦਿੱਤੀ ਜਾਵੇ ਮੈਂ ਸਰੈਂਡਰ ਕਰਨ ਵਾਸਤੇ, ਪਰ ਉਹਦੀ ਉਹ ਵੀ ਅਰਜ਼ੀ ਖਾਰਜ ਕਰ ਦਿੱਤੀ ਹੈ। ਹੁਣ ਨਵਾਂ ਸਾਲ ਸੱਜਣ ਕੁਮਾਰ ਦਾ ਜੇਲ੍ਹ 'ਚ ਹੋਵੇਗਾ। ਜਿਸ ਬੰਦੇ ਨੇ 34 ਸਾਲ ਫ੍ਰੀ ਘੁੰਮ ਕੇ ਆਪਣੇ ਘਰ ਨੂੰ ਆਪਣੇ ਸਾਰੀ ਫੈਮਿਲੀ ਨੂੰ ਪਾਲ ਲਿਆ, ਇਸ ਓਲਡ ਏਜ 'ਚ ਆ ਕੇ ਪਤਾ ਨਹੀਂ ਉਹਨੇ 2 ਸਾਲ ਜੀਣਾ, 4 ਸੀਣਾ, 10 ਸੀਣਾ, ਉਹ ਹਾਲੇ ਵੀ 1 ਮਹੀਨੇ ਦੀ ਮੋਹਲਤ ਮੰਗ ਰਿਹਾ, ਇਹ ਤਾਂ ਬੜੀ ਬੇਸ਼ਰਮੀ ਵਾਲੀ ਗੱਲ ਹੈ। ਕੀ ਲੱਗਦਾ ਕਿ ਸੱਜਣ ਕੁਮਾਰ ਨੂੰ ਤਾਂ 34 ਸਾਲ ਬਾਅਦ ਸਜ਼ਾ ਹੋ ਗਈ ਹੈ, ਬਾਕੀ ਜਿਹੜੇ ਵੱਡੇ ਮਗਰਮੱਛ ਘੁੰਮ ਰਹੇ ਨੇ ਉਹਨਾਂ ਦਾ ਕੀ? ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ, ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਤੁਸੀਂ TV ਦੇ ਉੱਤੇ ਜਿਹੜੀਆਂ ਅਫੈਕਟਿਡ ਲੇਡੀ ਸੀ ਜਿਨ੍ਹਾਂ ਦੇ ਘਰ ਦੇ 5-5 ਜੀ 7-7 ਜੀ ਮਾਰੇ ਆ, ਉਹਨਾਂ ਦਾ ਰੋਣਾ ਦੇਖ ਲਓ, 34 ਸਾਲ ਬਾਅਦ ਵੀ ਉਹਨਾਂ ਦੇ ਅੱਖਾਂ ਚੰਜੋ ਆ ਜਾਂਦੇ। ਸਮਾਂ ਲੱਗ ਗਿਆ, ਬਿਲਕੁਲ ਲੰਬਾ ਸਮਾਂ ਸੰਘਰਸ਼ 'ਚ ਲੰਘ ਗਿਆ। ਕੀ ਲੱਗਦਾ ਕਿ ਸੱਜਣ ਕੁਮਾਰ ਨੂੰ ਸਜ਼ਾ ਮਿਲਣ ਤੋਂ ਬਾਅਦ ਜੁਡੀਸ਼ਰੀ ਅਤੇ ਨਿਆਂਪਾਲਿਕਾ 'ਤੇ ਲੋਕਾਂ ਦਾ ਵਿਸ਼ਵਾਸ ਬੱਝਿਆ? ਲੋਕਾਂ ਦਾ ਵਿਸ਼ਵਾਸ ਤਾਂ ਜੁਡੀਸ਼ਰੀ ਦਾ ਪਹਿਲਾਂ ਹੀ ਆ, ਪਰ ਜਿਹੜਾ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹਨੂੰ ਇਸ ਜਿਹੜਾ ਕੇਸ ਨੂੰ ਦਬਾ ਰਹੀਆਂ ਸੀਗੀਆਂ ਉਹ ਨੰਗੇ ਹੋ ਗਏ। ਕੀ ਨਾਮ ਹੈ ਜੀ? ਹਾਂਜੀ, ਰਜਿੰਦਰ ਸਿੰਘ ਜੀ। ਰਜਿੰਦਰ ਸਿੰਘ ਜੀ, 34 ਸਾਲ ਲੱਗ ਗਏ ਸੱਜਣ ਕੁਮਾਰ ਨੂੰ ਸਜ਼ਾ ਸੁਣਾਉਣ ਦੇ ਵਿੱਚ, ਕਿਸ ਤਰ੍ਹਾਂ ਦੇਖਦੇ ਹੋ ਫੈਸਲੇ ਨੂੰ? ਇਹ ਫੈਸਲਾ ਤਾਂ ਬਹੁਤ ਲੇਟ ਆਇਆ, ਮਗਰ ਚਲੋ ਜੋ ਵੀ ਆਇਆ ਕੁਛ ਨਾ ਕੁਛ ਉਹਨਾਂ ਨੂੰ ਉਹਨਾਂ ਦੇ ਜਿਹੜੇ ਕਾਬ ਨੇ ਉਹ ਭਰੇ ਨੇ। ਬਾਕੀ ਇਹ ਵੀ ਪੋਲੀਟੀਕਲ ਲੈਵਲ 'ਤੇ ਇਹਨਾਂ ਨੂੰ ਦਬਾਇਆ ਗਿਆ, ਇਹ ਤਾਂ ਸੈਂਕੜਿਆਂ ਦੇ ਵਿੱਚੋਂ ਇੱਕ ਬੰਦਾ ਸੱਜਣ ਕੁਮਾਰ, ਬਹੁਤ ਸਾਰੇ ਬੰਦੇ ਜਿਨ੍ਹਾਂ ਨੇ ਸਾਰੀ ਇਹ ਕਤਲੇਆਮ ਕਰਵਾਇਆ ਸੀਗਾ ਉਸ ਵਕਤ ਦੇ ਰਾਜੇ ਨੂੰ ਖੁਸ਼ ਕਰਨ ਵਾਸਤੇ। ਇਸੇ ਤਰ੍ਹਾਂ ਬਹੁਤ ਸਾਰੇ ਬੰਦੇ ਜਿਹੜੇ ਅਜੇ ਵੀ ਆਜ਼ਾਦ ਘੁੰਮ ਰਹੇ ਨੇ, ਅਤੇ ਦਿੱਲੀ ਪੁਲਿਸ ਨੇ ਉਦੋਂ ਸਰਕਾਰ ਨਾਲ ਮਿਲ ਕੇ ਕਿਸੇ 'ਤੇ ਕੋਈ ਕਾਰਵਾਈ ਨਹੀਂ ਕੀਤੀ, ਕੋਈ ਰਿਪੋਰਟ ਦਰਜ ਨਹੀਂ ਕੀਤੀ। ਅਤੇ ਇਹ ਹੁਣ ਜਿਹੜੀਆਂ ਘੱਟ ਗਿਣਤੀਆਂ ਦੇ ਲੋਕ ਨੇ ਹਿੰਦੁਸਤਾਨ 'ਚ, ਇਹੋ ਜਿਹੀਆਂ ਘਟਨਾਵਾਂ ਬਹੁਤ ਸਾਰੀਆਂ ਹੋਈਆਂ ਨੇ, ਇੱਥੇ ਵੀ ਹੋਈਆਂ ਨੇ, ਗੋਦਰੇ 'ਚ ਵੀ ਹੋਈਆਂ ਨੇ। ਅਤੇ ਇਹ ਵਕਤ ਦੇ ਮੁਤਾਬਕ ਅਗਰ ਇਹ ਕੀਤਾ ਹੈ, ਅਜੇ ਵੀ ਇਹਦੀ ਅਪੀਲ ਸੁਪਰੀਮ ਕੋਰਟ 'ਚ ਵੀ ਜਾ ਸਕਦੀ ਹੈ, ਪਤਾ ਨਹੀਂ ਅੱਗੋਂ ਵੀ ਪੋਲੀਟੀਕਲ ਕੀ ਟਰਨ ਬਣਦੀ ਹੈਗੀ ਹੈ, ਮਗਰ ਫਿਰ ਵੀ ਕੁਛ ਨਾ ਕੁਛ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਵਾਲੀ ਗੱਲ ਹੈਗੀ ਹੈ। ਬਾਕੀ ਲੋਕਾਂ ਨੂੰ ਇਸ ਗੱਲ ਤੋਂ ਖੁਸ਼ੀ ਹੋਈ ਵੀ ਕੋਰਟਾਂ ਦੇ ਵਿੱਚ ਅਜੇ ਵੀ ਥੋੜ੍ਹਾ ਦਮਖਮ ਹੈਗਾ। ਭਾਵੇਂ 34 ਸਾਲ ਲੱਗ ਗਏ ਨੇ, ਪਰ ਇਹ ਗੱਲ ਹੋ ਗਈ ਕਿ ਜੇ ਸੱਜਣ ਕੁਮਾਰ ਨੂੰ ਮਿਲ ਸਕਦੀ ਹੈ ਤਾਂ ਜਿਹੜੇ ਟਾਈਟਲਰ ਵਰਗੇ ਬਾਹਰ ਘੁੰਮ ਰਹੇ ਨੇ ਉਹਨਾਂ ਨੂੰ ਵੀ ਜਿਹੜਾ ਹੁਣ ਸ਼ਿਕੰਜਾ ਕੱਸਿਆ ਜਾ ਸਕਦਾ? ਹਾਂਜੀ, ਕੱਸਿਆ ਜਾਣਾ ਚਾਹੀਦਾ, ਕਿਉਂਕਿ ਇਹਦੇ ਨਾਲੋਂ ਜ਼ਿਆਦਾ ਮਸ਼ਹੂਰ ਸੀ ਉਹ, ਔਰ ਉਹਨਾਂ ਨੇ ਜ਼ਿਆਦਾ ਗੰਦ ਖੰਡਾਇਆ ਸਾਰੇ ਪਾਸੇ ਉਸ ਵਕਤ ਦੇ ਆਪਣੇ ਜਿਹੜੇ ਉਹਨਾਂ ਦੇ
उपरले राजनीतिक बंदे उन्होंने खुश करने वास्ते जिस तरह हिंदुस्तान के बहुत कतलेआम होया 84 के तो वो बहुत सारे सैकड़ा बंदे ने जड़ के फ्री घूम रहे हैं और सरकारी उन्होंने मदद हासिल सी। बाकी ये भी हिंदुस्तान है सैकुलर स्टेट है मगर इतने भी धर्म का नारा लग के हूँ फिर वह जो हालात पैदा किए जा रहे हैं ताकि कल फिर इतने ऐसे दंगे फसाद हो इतने घट गिणती लोग ने मुसलमान ने सिख ने क्रिश्चन ने पारसी ने बोधी ने हमेशा धर्म के नाम से लोगों को तुम पता है कि सरकार ने लड़ाने की कोशिश सरकार लड़ा ने वो वोटों के लालच के कहानी है जी सारी। की नाम है लखबीर सिंह ढिल्लो। लखबीर सिंह जी 34 साल लग गए पर आखिरकार सज्जन कुमार नूं तां उम्र कैद दी जिहड़ी सज़ा दा फैसला सुना दिता गया, इह फैसले दा स्वागत करदे हो या नहीं? नहीं, स्वागत तां असीं करदे आं पर बहुत लेट फैसला लिया सरकार ने, क्योंकि इह फैसला जल्दी लेना चाहिए सी सरकार नूं, क्योंकि जिहड़े होर भी लोग आ ना वो जिहड़े होर क्राइम करदे उहनूं भी पता लगे कि सरकार भी इहो जिहे लोकां ते श्योर। हांजी हांजी हांजी, लगता है कि सज्जन कुमार नूं उम्र कैद दी सज़ा काफ़ी है? नहीं नहीं, ऐसे लोगों को मौत की सज़ा होनी चाहिए, क्योंकि देखो तुसी बाहरले मुल्क उत्थे गल करते हो उत्थे क्राइम काते नहीं हैगा, यही वजह है उत्थे कानून व्यवस्था बड़ी अच्छी है, वो लोग जिहड़ा भी बंदा गलत करता भावें किसी भी कम्युनिटी का हो भावे सिख हो क्रिश्चन हो मुसलमान वो उदे नाल जल्दी एक्शन लेंदे ते बंदे नूं सज़ा देंदे। ਦੇ ਵਿੱਚ ਜਿਹੜਾ ਹੈ ਸੱਜਣ ਕੁਮਾਰ ਨੂੰ ਤਾਂ ਆਖਿਰਕਾਰ ਇੰਨੇ ਲੰਬੇ ਸਮੇਂ ਬਾਅਦ ਜਿਹੜੀ ਸਜ਼ਾ ਮਿਲ ਗਈ ਹੈ ਪਰ ਟਾਈਟਲਰ ਵਰਗੇ ਹੋਰ ਜਿਹੜੇ ਬੜੇ ਵੱਡੇ ਮਗਰਮੱਛ ਬਾਹਰ ਤੁਰੇ ਫਿਰਦੇ ਉਹ ਕੀ ਲੱਗਦਾ ਕਿ ਉਹਨਾਂ ਨੂੰ ਕਦੋਂ ਤੱਕ ਜਿਹੜਾ ਹੋਰ ਬਾਹਰ ਘੁੰਮਣਾ ਇੱਦਾਂ ਜਿਹੜਾ ਵਾ ਆਜ਼ਾਦ ਰਹਿਣਗੇ? ਨਹੀਂ, ਇਹ ਤਾਂ ਸਰਕਾਰ ਨੂੰ ਹੋਣਾ ਚਾਹੀਦਾ ਜਿਵੇਂ ਸੱਜਣ ਕੁਮਾਰ ਨੂੰ ਸਰਕਾਰ ਨੇ ਉਹਦੇ ਐਵੀਡੈਂਸ 'ਤੇ ਕਰਿਆ ਹੈ, ਉਹਨਾਂ ਲੋਕਾਂ ਦੀ ਵੀ ਮਤਲਬ ਗਹਿਰਾਈ ਨਾਲ ਜਾਂਚ ਹੋਵੇ ਅਤੇ ਉਹਨਾਂ ਨੂੰ ਵੀ ਜਲਦੀ ਉਹਨਾਂ 'ਤੇ ਵੀ ਕਾਨੂੰਨ ਕਰੀ ਜਾਏ। ਬੇਸ਼ੱਕ ਜਿਹੜਾ ਹੈ ਉਹ ਸੱਜਣ ਕੁਮਾਰ ਨੂੰ 34 ਸਾਲ ਬਾਅਦ ਤਾਂ ਉਮਰ ਕੈਦ ਦੀ ਜਿਹੜੀ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਲੋਕਾਂ ਦੀ ਜੇਕਰ ਮੰਨੀਏ ਪੀੜਤਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਸੱਜਣ ਕੁਮਾਰ ਦੇ ਲਈ ਉਮਰ ਕੈਦ ਦੀ ਸਜ਼ਾ ਜਿਹੜੀ ਉਹ ਕਾਫ਼ੀ ਘੱਟ ਹੈ, ਇੰਨਾ ਵੱਡਾ ਜਿਹੜਾ ਹੈ ਉਹ ਗੁਨਾਹਗਾਰ ਹੋਵੇ ਤਾਂ ਉਹਨੂੰ ਸਿਰਫ ਉਮਰ ਕੈਦ ਦੀ ਜਿਹੜੀ ਦਿੱਤੀ ਜਾਵੇ ਉਹ ਕਾਫ਼ੀ ਨਹੀਂ ਹੈ, ਉਹਨੂੰ ਸਜ਼ਾਏ ਮੌਤ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਨਾਲ ਹੀ ਲੋਕਾਂ ਨੇ ਇਹ ਵੀ ਕਿਹਾ ਕਿ ਹੋਰ ਜਿਹੜੇ 84 ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹ ਜਲਦ ਤੋਂ ਜਲਦ ਜਿਹੜਾ ਉਹ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਬਹੁਤ ਲੰਬਾ ਸਮਾਂ ਜਿਹੜਾ ਹੈ ਉਹ ਵਾਕਏ ਦੇ ਵਿੱਚ ਗੁਜ਼ਰ ਗਿਆ। ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਉਹ ਕੀ ਸੋਚਦੇ ਨੇ, ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਅਤੇ ਪੰਜਾਬ ਬੋਲਦਾ ਦੇ ਵਿੱਚ ਅੱਜ ਗੱਲ ਹੋ ਰਹੀ ਹੈ ਉਸ ਦੁਖਾਂਤ ਦੀ 34 ਵਰ੍ਹਿਆਂ ਬਾਅਦ ਜਿਹਦੇ ਵਿੱਚ ਥੋੜ੍ਹੀ ਬਹੁਤ ਰਾਹਤ ਮਿਲੀ ਹੈ, ਮਾਮੂਲੀ ਰਾਹਤ ਇਹਨੂੰ ਕਿਹਾ ਜਾ ਸਕਦਾ ਹੈ। 34 ਸਾਲ ਬਾਅਦ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਜਿਹੜਾ ਤਾਂ ਉਮਰ ਕੈਦ ਦੀ ਸਜ਼ਾ ਦਾ ਜਿਹੜਾ ਫੈਸਲਾ ਮਾਣਿਓ ਹਾਈ ਕੋਰਟ ਨੇ ਕੀਤਾ, ਫਿਰ ਆਖਿਰਕਾਰ ਲੋਕਾਂ ਨੂੰ ਇਸ ਫੈਸਲੇ ਦੇ ਨਾਲ ਸੰਤੁਸ਼ਟੀ ਹੈ ਜਾਂ ਨਹੀਂ, ਜਾਂ ਇੰਨਾ ਸਮਾਂ ਕਿਉਂ ਲੱਗ ਗਿਆ ਆਖਿਰਕਾਰ ਅਤੇ ਉਸ ਤੋਂ ਬਾਅਦ ਵੀ ਉਮਰ ਕੈਦ ਦੀ ਹੀ ਸਜ਼ਾ, ਕਿਉਂਕਿ ਅੱਧੇ ਤੋਂ ਵੱਧ ਜਿਹੜੀ ਜ਼ਿੰਦਗੀ ਹੈ ਸੱਜਣ ਕੁਮਾਰ ਆਪਣੀ ਜਿਹੜੀ ਬਤੀਤ ਕਰ ਚੁੱਕਾ ਹੈ, ਲੋਕ ਕੀ ਕਹਿੰਦੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਹਾਂ। ਕੀ ਨਾਮ ਹੈ ਜੀ? ਮੇਰਾ ਨਾਮ ਓਪੀ ਨਾਰੰਗ ਹੈ, ਮੈਂ ਐਡਵੋਕੇਟ ਇਨ ਪੰਜਾਬ ਹਰਿਆਣਾ ਹਾਈ ਕੋਰਟ। ਓਪੀ ਨਾਰੰਗ ਜੀ, 34 ਸਾਲ ਹੋ ਗਏ, 34 ਸਾਲ ਤੱਕ ਸੱਜਣ ਕੁਮਾਰ ਸ਼ਰੇਆਮ ਬਾਹਰ ਖੁੱਲ੍ਹੇਆਮ ਘੁੰਮਿਆ ਅਤੇ ਹੁਣ ਜਦੋਂ ਅੱਧੇ ਤੋਂ ਵੱਧ ਜ਼ਿੰਦਗੀ ਬਤੀਤ ਹੋ ਗਈ ਹੈ ਅਤੇ ਤਾਂ ਉਮਰ ਕੈਦ ਦੀ ਸਜ਼ਾ ਦਾ ਫੈਸਲਾ ਆਇਆ, ਕਿਸ ਤਰ੍ਹਾਂ ਦੇਖਦੇ ਹੋ ਉਸ ਫੈਸਲੇ ਨੂੰ? ਦੇਖੋ ਜੀ, ਕਿ ਅਗਰ ਕਾਨੂੰਨ ਦੀ ਗੱਲ ਕੀਤੀ ਜਾਏ, ਸਾਡਾ ਕਾਨੂੰਨ ਟੁੱਥਲੈਸ ਹੈ, ਇਸ ਵਿੱਚ ਕੋਈ ਸ਼ੱਕ ਨਹੀਂ, ਬੜਾ ਟਾਈਮ ਲੱਗਦਾ, ਲੇਕਿਨ ਇਹ ਭੁੱਲ ਜਾਣਾ ਚਾਹੀਦਾ ਕਿ ਜਿਹੜੇ ਸਿਸਟਮ ਨੇ ਲੋਅਰ ਕੋਰਟ ਨੇ ਉਹਨੂੰ ਜਿਸ ਨੂੰ ਸਜ਼ਾ ਦਿੱਤੀ, ਇਹਨੇ ਕੁਇਟ ਕਰ ਦਿੱਤਾ ਜੀ, ਛੱਡ ਦਿੱਤਾ, ਹੁਣ ਉਸ ਨੂੰ ਸਜ਼ਾ ਦੇਣ ਦੇ ਦਾਇਰੇ ਵਿੱਚ ਲਿਆਉਣਾ, ਹਾਈ ਕੋਰਟ 'ਚ ਉਹਨਾਂ ਨੇ ਅਪੀਲ ਪਾਈ, ਉੱਥੇ ਉਹ ਸਕਸੈਸਫੁਲ ਹੋ ਗਏ ਨੇ, ਤੋ ਅੱਗੇ ਸੁਪਰੀਮ ਕੋਰਟ ਵੀ ਹੈ, ਇੱਥੇ ਗੱਲ ਨਹੀਂ ਮੁੱਕੇਗੀ, ਉਹਨੇ ਬਿਆਨ ਦਿੱਤਾ ਹੈ ਕਿ ਮੈਂ ਹੁਣ ਸੁਪਰੀਮ ਕੋਰਟ ਜਾਵਾਂਗਾ, ਇਹ ਰਾਈਟ ਕੋਈ ਨਹੀਂ ਖੋ ਸਕਦਾ, ਚਾਹੇ ਉਹ ਬੰਦਾ ਅਕਿਊਜ਼ਡ ਹੈ ਜਾਂ ਨਹੀਂ ਹੈ, ਐਵਰੀਬਾਡੀ ਹੈਜ਼ ਅ ਰਾਈਟ ਟੂ ਡਿਫੈਂਡ, ਸੋ ਵੀ ਸ਼ੁੱਡ ਨੋਟ ਕਰਸ ਅਵਰ ਸਿਸਟਮ। ਬਾਕੀ ਇੱਕ ਹੋਰ ਗੱਲ ਹੈ ਕਿ ਜਸਟਿਸ ਸ਼ੁੱਡ ਬੀ ਡਨ, ਸ਼ੁੱਡ ਹੈਵ ਬੀਨ ਡਨ ਐਟ ਦਾ ਅਰਲੀਅਰ ਸਟੇਜ ਆਲਸੋ, ਜਸਟਿਸ ਔਨ ਦਾ ਬੇਸਿਸ ਆਫ ਈਵੀਡੈਂਸਿਸ ਐਟਸੈਟਰਾ, ਇਫ ਦੇ ਵਰ ਦ ਕਨਵਿੰਸਿੰਗ ਈਵੀਡੈਂਸਿਸ, ਜਸਟਿਸ ਸ਼ੁੱਡ ਨਾਟ ਓਨਲੀ ਬੀ ਡਨ, ਸ਼ੁੱਡ ਅਪੀਅਰ ਟੂ ਹੈਵ ਬੀਨ ਡਨ, ਇਹ ਵੀ ਬਹੁਤ ਇੰਪੋਰਟੈਂਟ ਹੈ। ਜਦੋਂ ਅਸੀਂ ਜਸਟਿਸ ਦੀ ਗੱਲ ਕਰਦੇ ਹਾਂ, ਉਸ ਵੇਲੇ ਜੋ ਇਹ ਉਗਰਵਾਦ ਆ ਰਿਹਾ ਸੀ, ਜੋ ਪੰਜਾਬ ਹਰਿਆਣਾ ਇੱਧਰ ਬੱਸਾਂ 'ਤੇ ਸਾੜੀਆਂ ਜਾ ਰਹੀਆਂ ਸਨ, ਜਾਂ ਬੱਸਾਂ ਦੇ ਲੋਕ ਮਾਰੇ ਜਾ ਰਹੇ ਸਨ, ਦੂਸਰੀ ਹਿੰਦੂ ਕਮਿਊਨਿਟੀ ਦੇ ਜਾਂ ਦੂਸਰੀ ਕਮਿਊਨਿਟੀ ਦੇ, ਉਸ ਵੇਲੇ ਵੀ ਸਰਕਾਰ ਨੂੰ ਇਸ ਚੀਜ਼ ਦਾ ਸੋਚਣੀਆਂ ਚਾਹੀਦੀਆਂ ਸਨ ਕਿ ਉਗਰਵਾਦ ਨਾ ਫੈਲੇ, ਉਸ ਵੇਲੇ ਇਹ ਗੌਰਮੈਂਟ ਚੁੱਪ ਰਹੀ ਆ। ਔਰ ਇੱਥੇ ਹੈ ਕਿ ਜਸਟਿਸ ਹੁਣ ਪੰਜਾਬ ਦੇ ਵਿੱਚ ਜਿੰਨੇ ਵੀ ਹਿੰਦੂ ਮਾਰੇ ਗਏ,
ਉਹਨਾਂ ਵਾਸਤੇ ਸਰਕਾਰ ਨੇ ਕੀ ਕੀਤਾ? ਕਿਆ ਉਹਨੂੰ ਤੁਸੀਂ ਕੰਪਨਸੇਸ਼ਨ ਦਿੱਤਾ? ਹੁਣ ਵੀ ਵੋਟ ਲੈਣ ਦੇ ਮਾਰੇ ਜਸਟ ਟੂ ਪਲੀਜ਼ ਦੀ ਸਿੱਖ ਕਮਿਊਨਿਟੀ, ਜਸਟਿਸ ਵਾਸਤੇ ਕੁਛ ਨਹੀਂ ਕੋਈ ਕਰ ਰਿਹਾ, ਸਿਰਫ ਸਿੱਖ ਕਮਿਊਨਿਟੀ ਨੂੰ ਖੁਸ਼ ਕਰਨ ਵਾਸਤੇ ਜਾਂ ਹਿੰਦੂ ਕਮਿਊਨਿਟੀ ਨੂੰ ਖੁਸ਼ ਕਰਨ ਵਾਸਤੇ ਜਾਂ ਮੁਸਲਿਮ ਕਮਿਊਨਿਟੀ ਨੂੰ ਖੁਸ਼ ਕਰਨ ਵਾਸਤੇ, ਇਹ ਸਾਰਾ ਕੁਝ ਹੋ ਰਿਹਾ ਹਿਸਾਬ ਕਿਤਾਬ। ਕਾਰਡ ਖੇਡਿਆ ਜਾਂਦਾ, ਸਿੱਖ ਕਾਰਡ ਮੁਸਲਿਮ ਕਾਰਡ ਖੇਡਿਆ ਜਾ ਰਿਹਾ ਹੈ। ਔਰ ਜਿਵੇਂ BJP ਵੀ ਕੋਈ ਸਟੇਟਮੈਂਟ ਦਿੰਦੀ ਹੈ ਜੀ, ਹਾਂ ਜੀ ਅਬ ਕਾਂਗਰਸ ਕੇ ਬੰਦੋਂ ਕੋ ਲੀਡਰੋਂ ਕੋ ਸਜ਼ਾ ਦੇਣੀ ਸ਼ੁਰੂ ਹੋ ਗਈ ਹੈ, ਤੋ ਉਸ ਵਕਤ ਜਬ ਆਪਕੋ ਪਤਾ ਹੈ ਕਿ ਇਹ ਗਵਾਹ ਮੌਜੂਦ ਹੈ ਤੋ ਗਵਾਹ ਪੇਸ਼ ਕਰੋ, ਕੋਰਟ ਗਵਾਹ ਮਾਨਤੀ ਹੈ, ਕੋਰਟ ਪੋਲੀਟੀਕਲ ਪਾਰਟੀ ਕਿਆ ਕਹਿਤੀ ਹੈ ਜਾਂ ਕਿ ਨਹੀਂ ਕਹਿਤੀ ਉਹ ਨਹੀਂ ਹੋਤਾ। ਦੇਖੋ ਦਿੱਲੀ ਦੇ ਵਿੱਚ ਜੋ ਹੋਇਆ, ਮੈਂ ਵੀ ਉੱਥੇ ਵਿਕਟਮ ਹਾਂ, ਮੇਰੇ ਰਿਸ਼ਤੇਦਾਰ ਕਾਫੀ ਸਿੱਖ ਸਨ, ਉਹਨਾਂ ਦੀਆਂ ਦੁਕਾਨਾਂ ਸਾੜ ਦਿੱਤੀਆਂ ਗਈਆਂ ਕਰੋਲ ਬਾਗ ਦੇ ਵਿੱਚ, ਔਰ ਮੈਂ ਵੀ ਉਹਨਾਂ ਉੱਥੇ ਜਾ ਕੇ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆਏ, ਬਚਾ ਕੇ ਆਏ ਕਿਸੇ ਤਰੀਕੇ ਨਾਲ। ਉਹ ਦੈਟ ਵਾਜ਼ ਏ ਹਾਲੋਕਾਸਟ। ਇਸ ਮੁਲਕ ਦੇ ਵਿੱਚ ਜਿਹੜੀ ਪੋਲੀਟਿਕਸ ਚੱਲ ਰਹੀ ਹੈ ਬਹੁਤ ਹੀ ਗਲਤ ਤਰੀਕੇ ਨਾਲ ਚੱਲ ਰਹੀ ਹੈ, ਇਸਦਾ ਕੋਈ ਐਂਡ ਨਹੀਂ। ਅੱਜ ਖਤਮ ਹੈ ਅਤੇ ਕੱਲ੍ਹ ਪਾਰਟੀਸ਼ਨ ਇਹਨਾਂ ਦੀ ਦੇਣ, ਪਹਿਲੀ ਗੌਰਮੈਂਟ ਦੀ ਦੇ ਰਹੇ, ਰਿਜ਼ਰਵੇਸ਼ਨ ਕਿਉਂ ਕੀਤੀ ਇਹਨਾਂ ਨੇ ਇਹ ਵੀ ਇਹਨਾਂ ਦੀ ਦੇਣ, ਸੁਸਾਇਟੀ ਨੂੰ ਡਿਵਾਈਡ ਕਰਦੇ ਰਹੇ। ਜਿਹਨੇ ਨੌਕਰੀ ਲੈਣੀ ਹੈ ਮਿਹਨਤ ਕਰੋ, ਇੱਥੇ ਮੈਰਿਟ ਵਾਲੇ ਬੰਦੇ ਤਾਂ ਘੁੰਮਦੇ ਪਏ ਨੇ ਅਤੇ ਦੂਸਰੇ ਅਨਪੜ੍ਹ ਜੇ ਦੂਸਰੇ ਬੰਦੇ ਨੇ ਉਹਨਾਂ ਨੂੰ ਤੁਸੀਂ ਰਿਜ਼ਰਵੇਸ਼ਨ ਦੇ। ਤੀਸਰਾ ਹੋਰ ਜਿਹੜਾ ਤਮਾਸ਼ਾ ਕੀਤਾ ਇਹਨਾਂ ਨੇ, ਲੋਨ ਵੇਵਰ, ਕਿਸ ਚੀਜ਼ ਦੀ ਲੋਨ ਵੇਵਰ? ਇਹਨਾਂ ਕੋਲ ਫਾਰਮਰ ਕੋਲ ਜ਼ਮੀਨਾਂ ਆਪਣੀਆਂ ਨੇ, ਮਕਾਨ ਆਪਣੇ ਨੇ, ਖਾਣ ਪੀਣ ਸਾਰਾ ਕੁਛ ਹੈ, ਔਰ ਇਹਨਾਂ 'ਤੇ ਵੇਵਰਿੰਗ ਦਾ ਫਾਇਦਾ ਨਹੀਂ ਪਹੁੰਚਦਾ। ਉੱਤੇ ਜਿਹੜੇ ਬੰਦੇ ਨੇ ਵੇਵਰਿੰਗ ਕਰਕੇ ਪੈਸੇ ਪੂਸੇ ਲੈ ਕੇ ਖਾ ਜਾਂਦੇ ਨੇ ਪੋਲੀਟੀਕਲ ਪਾਰਟੀਆਂ। ਸਵਾਲ ਤਾਂ ਇਹ ਕਿ ਜਿਹੜੇ ਅਰਬਨ ਲੋਕ ਰਹਿ ਰਹੇ ਨੇ, ਮਕਾਨ ਉਹਨਾਂ ਕੋਲ ਕੋਈ ਨਹੀਂ, ਕਿਰਾਏ 'ਤੇ ਰਹਿੰਦੇ ਨੇ ਜੀ, ਰੋਟੀ ਅਨਾਜ ਖਰੀਦ ਕੇ ਖਾਂਦੇ ਨੇ, ਇਹਨਾਂ ਦੀ ਵੇਵਰ ਕੌਣ ਕਰੇਗਾ? ਹੁਣ ਇਹ ਕੋਲ ਖੜ੍ਹੇ ਨੇ, 6 ਮਹੀਨੇ ਤੋਂ ਕੋਈ ਕੇਸ ਨਹੀਂ ਆਇਆ, ਇਹ ਐਡਵੋਕੇਟ ਨੇ, ਇਹ ਕਹਿੰਦਾ ਮੈਂ ਵਿਹਲਾ, ਮੈਨੂੰ ਮੇਰਾ ਵੀ ਕਰਜ਼ਾ ਮਾਫ਼ ਕਰੋ। ਤੋ ਇਹ ਫੁਲਿਸ਼ ਪੀਪਲ। ਨੇ ਗੱਲ ਕਹੀ ਕਿ ਸਭ ਜਿਹੜੀ ਗਲਤੀ ਹੈ, ਸਭ ਜਿਹੜੇ ਹਾਲਾਤ ਖਰਾਬ ਨੇ, ਉਹਦੇ ਲਈ ਸਿੱਧੇ ਸਿੱਧੇ ਤੌਰ 'ਤੇ ਸਿਸਟਮ ਜਿਹੜਾ ਹੈ, ਸਿਸਟਮ ਜ਼ਿੰਮੇਵਾਰ ਹੈ, ਅਤੇ ਸਿਆਸਤ ਤਾਂ ਹਮੇਸ਼ਾ ਹੀ ਜਿਹੜੀ ਹੈ ਉਹ ਸਾਡੇ ਦੇਸ਼ ਦੀ ਸੁਰੱਖਿਆ ਦੇ ਵਿੱਚ ਰਹੀ ਹੈ, ਕਿ ਹਰ ਕੰਮ ਜਿਹੜਾ ਹੁੰਦਾ ਸਿਆਸਤ ਦੇ ਲਈ ਹੁੰਦਾ। ਅਤੇ ਕਿਤੇ ਨਾ ਕਿਤੇ ਇਹ ਵੀ ਗੱਲ ਇਹਨਾਂ ਨੇ ਸਹੀ ਕਹੀ ਕਿ 2019 ਦੀਆਂ ਚੋਣਾਂ ਨੇੜੇ ਆ ਰਹੀਆਂ ਸੀ, ਇਸੇ ਕਰਕੇ ਜਿਹੜਾ ਹੁਣ BJP ਹੋਵੇ ਉਹਨੂੰ ਵੀ ਜਿਹੜਾ ਉਹ ਦੋਸ਼ੀ ਸ਼ਾਇਦ ਨਜ਼ਰ ਆਉਣੇ ਸ਼ੁਰੂ ਹੋ ਗਏ। ਕੀ ਨਾਮ ਹੈ ਜੀ? ਆਰ.ਕੇ. ਦਲਵਾਰ। ਆਰ.ਕੇ. ਜੀ, ਤੁਸੀਂ ਇਹਨਾਂ ਦੀਆਂ ਗੱਲਾਂ ਦੇ ਨਾਲ ਕਿੰਨਾ ਕੁ ਸਹਿਮਤ ਹੋ, ਅਤੇ ਸੱਜਣ ਕੁਮਾਰ 'ਤੇ ਜਿਹੜਾ 34 ਸਾਲ ਬਾਅਦ ਵਰਡਿਕਟ ਆਇਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਇਹ ਸ਼ੁਰੂ ਤੋਂ ਹੀ ਜਿਸ ਤਰ੍ਹਾਂ ਇਹਨਾਂ ਨੇ ਸਾਰੀ ਇਤਿਹਾਸ ਸਾਰਿਆਂ ਨੂੰ ਪਤਾ ਹੈ ਕਿ ਵੀ ਕੌਣ ਦੋਸ਼ੀ ਹੈ, ਸਾਰੀ ਸਮਾਜ ਨੂੰ ਪਤਾ, ਪਰ ਜਿਸ ਵੇਲੇ ਇੱਕ ਪੁਰਾਣਾ ਸ਼ੇਰ ਹੈ, ਐ ਖੁਦਾ ਤੇਰੇ ਸਾਦਾ ਦਿਲ ਬੰਦੇ ਕਹਾਂ ਜਾਏ, ਦਰਵੇਸ਼ੀ ਵੀ ਯਾਰੀ ਹੈ ਔਰ ਸੁਲਤਾਨੀ ਵੀ ਯਾਰੀ ਹੈ, ਇੱਥੇ ਰਾਜਾ ਵੀ ਚੋਰ ਹੈ ਅਤੇ ਦਰਵੇਸ਼ ਵੀ ਚੋਰ ਹੈ। ਇਹ ਸਾਰਾ ਕੰਮ ਇਹ ਸਰਕਾਰਾਂ ਨੇ ਆਪ ਕਰਵਾਇਆ, ਸਿੱਖ ਕਮਿਊਨਿਟੀ ਦੇ ਉੱਤੇ ਉਹ ਕੋਈ ਦੰਗਾ ਨਹੀਂ ਸੀ, ਕੋਈ ਫਸਾਦ ਨਹੀਂ ਸੀ, ਉਹ ਇੱਕ ਜੈਨੋਸਾਈਡ ਸੀ ਔਰ ਉਹਨਾਂ ਲੋਕਾਂ ਦਾ ਕਤਲ ਕਰਵਾਇਆ ਗਿਆ ਓਪਨਲੀ ਵਿਦ ਦੀ ਕਨਾਈਵੈਂਸ ਆਫ ਦੀ ਦੈਨ ਗੌਰਮੈਂਟ ਇਨ ਪਾਵਰ ਵਿਚ ਵਾਜ਼ ਆਫ ਰਾਜੀਵ ਗਾਂਧੀ। ਐਵਰੀ ਵਨ ਹੈਜ਼ ਐਨ ਐਵੀਡੈਂਸ ਅਗੇਂਸਟ ਰਾਜੀਵ ਗਾਂਧੀ, ਵਾਈ ਡਜ਼ਨਟ ਦੀ ਕਮਿਊਨਿਟੀਜ਼ ਔਰ ਦੀ ਪੋਲੀਟੀਕਲ ਪਾਰਟੀਜ਼ ਟੇਕ ਦੀ ਨੇਮ ਆਫ ਰਾਜੀਵ ਗਾਂਧੀ ਐਂਡ ਹਿਸ ਕਰੋਨੀਸ? ਗੱਲ ਰਾਜੀਵ ਗਾਂਧੀ ਦੀ ਕੀਤੀ ਅਤੇ ਮੈਂ ਇੱਕ ਤੁਹਾਨੂੰ ਗੱਲ ਕਹਿਣਾ ਚਾਹਾਂਗੀ ਕਿ ਬਿਲਕੁਲ ਤੁਸੀਂ ਹੁਣ ਸਾਰੇ ਹੀ ਮੰਨ ਗਏ ਨੇ ਕਿ ਉਸ ਸਮੇਂ ਦੀ ਸਰਕਾਰ ਜਿਹੜੀ ਸੀ ਉਹਦੇ ਕਹਿਣ 'ਤੇ ਸਭ ਕੁਛ ਹੋਇਆ। ਇਹੀ ਕਾਰਨ ਹੈ ਕਿ ਅੱਜ ਵਿਰੋਧੀ ਜਿਹੜੇ ਨੇ ਉਹ ਪਾਰਲੀਮੈਂਟ ਦੇ ਵਿੱਚ ਵੀ ਮੰਗ ਕਰ ਰਹੇ ਨੇ, ਸਦਨ ਦੇ ਵਿੱਚ ਵੀ ਮੰਗ ਕਰ ਰਹੇ ਨੇ ਕਿ ਰਾਜੀਵ ਗਾਂਧੀ ਨੂੰ ਜਿੰਨੇ ਅਵਾਰਡ ਦਿੱਤੇ ਗਏ ਨੇ ਸਾਰੇ ਵਾਪਸ ਲੈ ਜਾਣ। ਜਦ ਸਮਾਜ ਨੂੰ ਅੱਜ ਸੱਚਾਈ ਪਤਾ, ਕੋਈ ਅੱਜ ਪਤਾ ਲੱਗੀ, ਇਹ ਉਦੋਂ ਵੀ ਪਤਾ ਸੀ, ਇਹ ਅੱਜ ਤੱਕ ਹੁਣ ਉਹ ਤਾਂ ਗੱਲ ਪੰਜਾਬੀ ਤਾਂ ਇਹੀ ਕਹੇਗਾ, ਦੇਰ ਆਏ ਦਰੁਸਤ ਆਏ, ਅਤੇ ਜੇ ਹੁਣ ਵੀ ਤੁਸੀਂ ਕਰ ਸਕਦੇ ਹੋ ਤਾਂ ਤੁਹਾਨੂੰ ਕਰਨਾ ਚਾਹੀਦਾ। ਇਹ ਹਿੰਦੁਸਤਾਨ ਦੀ ਡਿਵੀਜ਼ਨ ਦਾ ਕਾਰਨ ਵੀ ਪੋਲੀਟਿਕਸ ਸੀ ਔਰ ਹੁਣ ਅੱਗੇ ਨੂੰ ਵੀ ਡਿਵੀਜ਼ਨ ਜਿਹੜੀ ਸਮਾਜ 'ਚ ਹੋ ਰਹੀਆਂ ਨੇ ਉਹ ਵੀ ਪੋਲੀਟਿਕਸ ਹੈ। ਇਸ ਮੁਲਕ ਦੀ ਜਿਹੜੀ ਪੋਲੀਟਿਕਸ ਹੈ ਉਹ ਇੰਨੀ ਗਲਾਜ਼ਤ ਨਾਲ ਭਰੀ ਹੋਈ ਹੈ, ਉਹਦਾ ਕੋਈ ਓਨਰਸ ਮਾਇੰਡ ਨਹੀਂ ਹੈ। ਉਹ ਲੋਕਾਂ ਨੂੰ ਸਮਾਜ ਦੇ, ਇਹ ਅੰਗਰੇਜ਼ ਇੱਥੇ ਉਹਨਾਂ ਨੂੰ ਛੱਡ ਗਿਆ ਕਾਂਗਰਸੀਆਂ ਨੂੰ, ਜਿਹੜੇ ਕਾਂਗਰਸੀ ਇਸ ਮੁਲਕ ਦੇ ਵਿੱਚ ਉੱਥੇ ਪਾਵਰ 'ਚ ਆਏ ਨੇ ਉਹੀ ਮੁਲਕ ਨੂੰ ਉਹਨਾਂ ਨੇ ਅੰਗਰੇਜ਼ਾਂ ਦੇ ਪ੍ਰਿੰਸੀਪਲਸ 'ਤੇ ਹੀ ਇਸ ਮੁਲਕ ਨੂੰ ਗਵਰਨ ਕੀਤਾ ਔਰ ਉਹਦੀ ਉਸ ਪ੍ਰਿੰਸੀਪਲਸ ਦੀ ਗਵਰਨੈਂਸ ਦਾ ਕਾਰਨ ਇਹ ਹੈ ਕਿ ਇਹ ਲੋਕ ਇੱਦਾਂ ਮਰਵਾਏ ਜਾਣਗੇ, ਇਹ ਸਿੱਖ ਮਰਵਾਏ ਗਏ ਅੱਜ
ਇਹਨਾਂ ਦੀ ਗੱਲ ਕਰ ਰਹੇ ਹੋ ਤੁਸੀਂ, ਕੱਲ੍ਹ ਨੂੰ ਕਿਸੇ ਹੋਰ ਕਮਿਊਨਿਟੀ ਨੂੰ ਮਰਵਾਉਣਗੇ, ਇਹ ਇਸ ਤਰ੍ਹਾਂ ਮਰਵਾਉਂਦੇ ਹੀ ਰਹਿਣਗੇ ਜਦ ਤੱਕ ਕਿ ਤੁਸੀਂ ਇਹ ਆਪਣੇ ਪੋਲੀਟੀਕਲ ਗਲਾਜ਼ਤ ਨੂੰ ਮਨਾਂ 'ਚੋਂ ਸਾਫ਼ ਨਹੀਂ ਕਰੋਗੇ। ਇਹਦਾ ਕਾਰਨ ਸਿਰਫ ਇੱਕੋ ਹੀ ਹੈ ਕਿ ਇਹ ਜਿਹੜੀ ਪੋਲੀਟਿਕਸ ਹੈ ਉਹੀ ਇਹ ਸਾਰਾ ਕੁਛ ਕਰਾਉਂਦੀ ਹੈ, ਇਹ ਹਾਵੀ ਹੋ ਗਈ ਹੈ, ਇਨਸਾਨ ਆਪਣੀ ਇਨਸਾਨੀਅਤ ਨੂੰ ਭੁੱਲ ਰਿਹਾ। ਇਹਨਾਂ ਨੇ ਗੱਲ ਕਹੀ ਕਿ ਸਾਰੀਆਂ ਚੀਜ਼ਾਂ ਤੋਂ ਉੱਪਰ ਜਿਹੜੀ ਹੈ ਇਨਸਾਨੀਅਤ ਤੋਂ ਵੀ ਉੱਪਰ ਹਰ ਇੱਕ ਚੀਜ਼ ਤੋਂ ਉੱਪਰ ਸਿਆਸਤ ਹੋ ਗਈ ਹੈ, ਇਸੇ ਕਰਕੇ ਜਿਹੜਾ ਹੈ ਉਹ ਅੱਜ ਸਾਡੇ ਦੇਸ਼ ਦਾ ਇਹ ਹਾਲ ਹੋ ਰਿਹਾ। ਅਤੇ ਜਦੋਂ ਗੱਲ ਸਿੱਖਾਂ ਦੀ ਆਉਂਦੀ ਹੈ ਤਾਂ ਹੁਣ ਤੱਕ ਤਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਵੀ ਛਪ ਗਿਆ ਕਿ ਜਿਹੜਾ 84 ਦਾ ਕਤਲੇਆਮ ਹੋਇਆ ਉਹ ਜੈਨੋਸਾਈਡ ਸੀਗਾ, ਉਹਨੂੰ ਜਿਹੜਾ ਹੈ ਉਹ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਕੀ ਨਾਮ ਹੈ? ਗੁਰਮੀਤ ਸਿੰਘ। ਗੁਰਮੀਤ ਸਿੰਘ ਜੀ, 34 ਸਾਲ ਬਾਅਦ ਸੱਜਣ ਕੁਮਾਰ ਨੂੰ ਤਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਲੇ ਤੋਂ, ਸੰਤੁਸ਼ਟ ਹੋ? ਨਹੀਂ, ਬਿਲਕੁਲ ਨਹੀਂ ਜੀ, ਉਹਨੂੰ ਫਾਂਸੀ ਹੋਣੀ ਚਾਹੀਦੀ ਹੈ ਜੀ, ਜਿੰਨੇ ਕੁ ਲੋਕ ਉੱਥੇ ਮਾਰੇ ਆ ਔਰ ਹੁਣ ਤਾਂ ਓਪਨਲੀ ਸਾਰਾ ਕੁਛ ਆ ਗਿਆ, ਉਹਨੂੰ ਫਾਂਸੀ ਹੋਣੀ ਚਾਹੀਦੀ ਹੈ ਕਿਉਂਕਿ ਅੱਧੇ ਤੋਂ ਵੱਧ ਸਮਾਂ ਉਹਨੇ ਆਪਣਾ ਬਤੀਤ ਕਰ ਲਿਆ ਅਤੇ ਹੁਣ ਪਿੱਛੇ ਰਹਿ ਕੀ ਗਿਆ? ਹੁਣ ਵੀ ਐਕਸਕਿਊਜ਼ ਬਣਾ ਰਿਹਾ ਜੀ, ਕਿਸੇ ਮੈਂ ਕੱਲ੍ਹ ਵੀ ਪੇਪਰ ਹੀ ਸੀਗਾ, ਮੋਹਲਤ ਮੰਗੀ ਸੀਗੀ ਕਿ ਮੈਨੂੰ ਇੱਕ ਮਹੀਨਾ ਹੋਰ ਚਾਹੀਦਾ ਪਰਿਵਾਰਕ ਮਸਲੇ ਸੁਲਝਾਉਣ ਲਈ। ਉਹ ਬੰਦਾ ਜਿਹੜਾ ਪਤਾ ਨਹੀਂ ਕਿੰਨੇ ਕੁ ਪਰਿਵਾਰ ਉਜਾੜ ਚੁੱਕਾ ਸੀ, ਹੁਣ ਆਪਣੇ ਪਰਿਵਾਰ ਦੇ ਲਈ ਮੋਹਲਤ ਮੰਗ ਰਿਹਾ, ਹਾਲਾਂਕਿ ਅਰਜ਼ੀ ਖਾਰਜ ਹੋ ਗਈ ਹੈ। ਬਿਲਕੁਲ ਜੀ, ਬਿਲਕੁਲ ਨਹੀਂ, ਜਲਦੀ ਤੋਂ ਜਲਦੀ ਹੋਣੀ ਚਾਹੀਦੀ ਫਾਂਸੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ। ਕੀ ਨਾਮ ਹੈ ਜੀ? ਹੀ ਇਜ਼ ਰਾਈਟ, ਹੀ ਔਟ ਟੂ ਬੀ ਗਿਵਨ ਡੈਥ ਸੈਂਟੈਂਸ ਐਂਡ ਦੀ ਟ੍ਰਾਇਲ ਹੈਜ਼ ਬੀਨ ਡਿਲੇਡ ਬਾਈ ਦੀ ਟੈਕਟਿਕ ਆਫ ਦੀ ਅਕਿਊਜ਼, ਨੋਟ ਫਾਲਟ ਆਫ ਦੀ ਪ੍ਰੋਸੀਕਿਊਸ਼ਨ ਆਰ ਦੀ ਕੋਰਟ, ਸੋ ਦੇਰ ਵਾਜ਼ ਡਿਲੇਡ ਹੈਜ਼ ਬੀਨ ਟ੍ਰਾਇਲ, ਜਿਤਨਾ ਜ਼ੁਲਮ ਵਹਾਂ ਉਸ ਵਕਤ ਹੁਆ ਐਂਡ ਦੈਟ ਟੂ ਵਿਦ ਦੀ ਇੰਡੀਅਨ ਨੇਸ਼ਨ, ਸਿੱਖ ਇਜ਼ ਏ ਮਾਰਸ਼ਲ ਰੇਸ, ਉਹਨੇ ਉਹਨਾਂ ਨੇ ਗਲਤੀ ਕਰੀ, ਸੋ ਦੇਰ ਫੋਰ ਹੀ ਹੈਜ਼ ਬੀਨ ਰਾਈਟਲੀ ਕਨਵਿਕਟਿਡ। ਸੱਜਣ ਕੁਮਾਰ ਨੂੰ ਤਾਂ ਸਜ਼ਾ 34 ਸਾਲ ਬਾਅਦ ਮਿਲ ਗਈ ਹੈ, ਪਰ ਹਜੇ ਵੀ ਟਾਈਟਲਰ ਵਰਗੇ ਹੋਰ ਬਹੁਤ ਸਾਰੇ ਜਿਹੜੇ ਮੁਲਜ਼ਮ ਆ ਸ਼ਰੇਆਮ ਬਾਹਰ ਘੁੰਮ ਰਹੇ ਨੇ। ਕੀ ਲੱਗਦਾ ਕਿ ਹੋਰ ਕਿੰਨਾ ਸਮਾਂ ਬਾਹਰ ਘੁੰਮਣਗੇ? ਦੇਖੋ ਜੀ, ਲਾਅ ਵਿਲ ਟੇਕ ਇਟਸ ਓਨ ਕੋਰਸ, ਯੂ ਕੈਨ ਨਾਟ ਐਸਕੇਪ ਫਰੋਮ ਦੀ ਲਾਅ, ਇਟ ਮੇ ਟੇਕ ਡਿਲੇ ਬਟ ਅਲਟੀਮੇਟਲੀ ਲਾਅ ਪ੍ਰਵੇਲਸ, ਇੰਡੀਅਨ ਲਾਅਸ ਆਰ ਸੱਚ, ਨੋਬਡੀ ਕੈਨ ਗੈਟ ਐਸਕੇਪ ਫਰੋਮ ਇਟ, ਐਂਡ ਇਫ ਦੀ ਐਵੀਡੈਂਸ ਕਮਸ ਐਂਡ ਦਾ ਕੋਰਟ ਡਿਸਾਈਡ ਇਜ ਫਾਰਮਲੀ ਵਿਦਆਊਟ ਐਨੀ ਹੈਜੀਟੇਸ਼ਨ ਬਟ ਵਿਦਆਊਟ ਐਨੀ ਬਾਇਸ ਐਂਡ whosoever it is, ਉਮੀਦ ਹੈ ਕਿ ਹੋਊਗੀ ਬਾਕੀਆਂ ਨੂੰ ਵੀ ਸਜ਼ਾ। ਇਫ ਦਾ ਐਵੀਡੈਂਸ ਸੋ ਕਮਸ, ਯੂ ਨੋ ਆਈ ਐਮ ਨੋਟ ਓ ਸਪੈਕੂਲੇਸ਼ਨ, ਇਫ ਦੀ ਐਵੀਡੈਂਸ ਕਮਸ ਆਫ ਕੋਰਸ ਪਨਿਸ਼ਮੈਂਟ ਵਿਲ ਬੀ ਦੇਅਰ, ਟ੍ਰਾਇਲ ਵਿਲ ਬੀ ਦੇਅਰ ਐਂਡ ਦੇ ਵਿਲ ਬੀ ਗੈਟ ਪਨਿਸ਼ਮੈਂਟ। ਸ਼ੁਕਰੀਆ। ਬਿਲਕੁਲ, ਇਹਨਾਂ ਨੇ ਕਿਹਾ ਕਿ ਜੇਕਰ ਸਬੂਤ ਸਾਹਮਣੇ ਆਉਣਗੇ ਤਾਂ ਕੋਈ ਵੀ ਜਿਹੜਾ ਹੈ ਉਹ ਬਚ ਨਹੀਂ ਸਕਦਾ ਕਾਨੂੰਨ ਦੇ ਸ਼ਿਕੰਜੇ ਤੋਂ, ਕਿਉਂਕਿ ਜਿਹੜਾ ਦੇਸ਼ ਹੈ, ਦੇਸ਼ ਦੀ ਨਿਆਂਪਾਲਿਕਾ ਹੈ, ਜੁਡੀਸ਼ਰੀ ਹੈ, ਸੱਜਣ ਕੁਮਾਰ ਤੋਂ ਬਾਅਦ ਜਿਹੜਾ ਹੈ ਕੁਝ ਉਮੀਦ ਹੋਰ ਵੱਜਣੀ ਸ਼ੁਰੂ ਹੋਈ ਹੈ ਕਿ ਸ਼ਾਇਦ ਟਾਈਟਲਰ ਵਰਗਿਆਂ ਨੂੰ ਵੀ ਜਿਹੜਾ ਹੈ ਉਹ ਸਜ਼ਾ ਮਿਲ ਜਾਵੇਗੀ। ਕੁਝ ਕਹਿਣਾ ਚਾਹੁੰਦੇ ਨੇ ਇਹਨਾਂ ਦੇ ਕੋਲੋਂ, ਸੁਣ ਲੈਂਦੇ ਹਾਂ। ਮੇਰੇ ਕਾਬਲ ਦੋਸਤ ਵਕੀਲ ਸਾਹਿਬ ਹਾਂਡਾ ਸਾਹਿਬ ਨੇ ਦੱਸਿਆ ਕਿ ਸਬੂਤ ਸਾਹਮਣੇ ਆਉਣਗੇ, ਸਬੂਤ ਆਪਣੇ ਆਪ ਨਹੀਂ ਆਉਣਗੇ, ਸਬੂਤ ਨੂੰ ਪ੍ਰੋਡਿਊਸ ਕਰਨਾ ਪੈਂਦਾ, ਲਿਆਉਣਾ ਪੈਂਦਾ, ਸਾਰਾ ਕੁਛ ਪਤਾ ਹੁੰਦਾ, ਇਹ ਸਬੂਤ ਨੇ, ਸਬੂਤ ਵਾਂਝੇ ਕਰੀ ਜਾਂਦੇ। ਮੈਂ ਇੱਕ ਛੋਟਾ ਜਿਹਾ ਇੱਕ ਸਵਾਲ ਕਰਦਾ, ਮੈਂ ਐਡਵੋਕੇਟ ਹਾਂ, ਸਮਝਦਾ ਕਿ ਜਦੋਂ ਕੋਈ ਅਪੀਲ ਜਦੋਂ ਕੋਈ ਕਿਸੇ ਨੂੰ ਸਜ਼ਾ ਹੋਣੀ ਹੁੰਦੀ ਕ੍ਰਿਮੀਨਲ ਕੇਸ ਦੇ ਵਿੱਚ, ਉਹ ਜਦ ਅਕਿਊਜ਼ਡ ਹੁੰਦਾ ਕੋਰਟ ਦੇ ਵਿੱਚ ਮੌਜੂਦ ਹੁੰਦਾ, ਜੇ ਉਹ ਛੱਡ ਦਿੱਤਾ ਜਾਂਦਾ ਤਾਂ ਬਾਹਰ ਭੇਜ ਦਿੰਦੇ ਨੇ, ਜੇ ਉਹਨੂੰ ਸਜ਼ਾ ਦੇ ਤੀ 20 ਸਾਲ ਦੀ ਸਜ਼ਾ, ਆਈ ਐਮ ਸਰਪ੍ਰਾਈਜ਼ਡ ਕਿ ਉਸ ਨੂੰ ਹਿਰਾਸਤ 'ਚ ਕਿਉਂ ਨਹੀਂ ਲਿਆ ਗਿਆ ਉਸ ਵੇਲੇ, ਇਹ ਕਿਉਂ ਕਿਹਾ ਜਾ ਰਿਹਾ ਕਿ 31 ਦਸੰਬਰ ਤੱਕ ਸੁਰੈਂਡਰ ਕਰੇ, ਔਰ ਉਹਨੂੰ ਫਿਰ ਅਕਿਊਜ਼ਡ ਇਜ਼ ਅਕਿਊਜ਼ਡ, ਹੀ ਸ਼ੁੱਡ ਹੈਵ ਸਰੈਂਡਰਡ ਆਰ ਦਾ ਜਾਂ ਕੋਰਟ ਕੋ ਜਜਮੈਂਟ ਨਹੀਂ ਸੁਣਾਉਣੀ ਚਾਹੀਦੀ ਜਬ ਤੱਕ ਉਹ ਮੌਜੂਦ ਨਾ ਹੋਤਾ, ਇਸਕਾ ਕਿਆ ਜਵਾਬ ਹੈ? ਬਿਲਕੁਲ, ਇਹਨਾਂ ਨੇ ਗੱਲ ਕਹੀ ਕਿ ਉਹ ਵਿਅਕਤੀ, ਉਹ ਦੋਸ਼ੀ ਜਿਹਨੇ ਸੈਂਕੜੇ ਹੀ ਪਰਿਵਾਰਾਂ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ ਅਤੇ ਉਹਨੂੰ ਉਹਦੇ ਉੱਪਰ ਤਾਂ ਉਮਰ ਕੈਦ ਦੀ ਸਜ਼ਾ ਦਾ ਫੈਸਲਾ ਆਉਣ ਤੋਂ ਬਾਅਦ ਵੀ ਜਿਹੜਾ ਹੈ ਉਹਨੂੰ ਖੁੱਲ੍ਹਾ ਛੱਡ ਦਿੱਤਾ ਗਿਆ ਅਤੇ 31 ਦਸੰਬਰ ਤੱਕ ਦਾ ਸਮਾਂ ਜਿਹੜਾ ਉਹ ਪਾਇਆ ਗਿਆ, ਇਹ ਵੀ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਸਵਾਲ ਖੜ੍ਹਾ ਕਰ ਰਿਹਾ ਕਿ ਆਖਿਰਕਾਰ ਸੱਜਣ ਕੁਮਾਰ ਦੇ ਨਾਲ ਜਿਹੜੀ ਹੈ ਉਹ ਇੰਨਾ ਜਿਹੜਾ ਹੈ ਉਹ ਇੱਕ ਕਹਿ ਸਕਦੇ ਹਾਂ ਕਿ ਇੰਨੀ ਜਿਹੜੀ ਆ ਉਹਨੂੰ ਢਿੱਲ ਕਿਉਂ ਦਿੱਤੀ ਜਾ ਰਹੀ, ਕਿਉਂ ਉਸੇ ਟਾਈਮ ਜਿਹੜਾ ਉਹਨੂੰ ਸਲਾਖਾਂ ਦੇ ਪਿੱਛੇ ਕਿਉਂ ਨਹੀਂ ਭੇਜੇਗਾ? ਫਿਲਹਾਲ ਸੱਜਣ ਕੁਮਾਰ ਦਾ ਜਿਹੜਾ ਹੈ ਉਹ ਜੇਲ੍ਹ ਜਾਣਾ ਤੈਅ ਹੋ ਗਿਆ ਕਿ ਨਵਾਂ ਸਾਲ ਜਿਹੜਾ ਸੱਜਣ ਕੁਮਾਰ ਦਾ ਉਹ ਜੇਲ੍ਹ ਦੇ ਵਿੱਚ ਹੀ ਜਿਹੜਾ ਬਤੀਤ ਹੋਵੇਗਾ। ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਫਿਲਹਾਲ ਰੁਕਦੇ ਹਾਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। ਗੱਲ ਹੁਣ ਨੌਜਵਾਨਾਂ ਦੇ ਨਾਲ ਕਰਾਂਗੇ ਕਿ ਨੌਜਵਾਨ ਪੀੜ੍ਹੀ ਕੀ ਸੋਚਦੀ ਹੈ, ਕਿਉਂਕਿ ਨੌਜਵਾਨ ਜਿਹੜੇ ਹੁੰਦੇ ਨੇ ਆਪਣੇ ਦੇਸ਼ ਦੇ ਭਵਿੱਖ ਦੇ ਵਿੱਚ ਅਹਿਮ ਰੋਲ ਅਦਾ ਕਰਦੇ ਨੇ, ਜਿਸ ਕਰਕੇ ਇਹਨਾਂ ਦਾ ਪ੍ਰਤੀਕਰਮ ਲੈਣਾ ਵੀ ਜ਼ਰੂਰੀ ਹੋ ਜਾਂਦਾ ਹੈ। ਕੀ ਨਾਮ ਹੈ? ਸੁਮਾਨਕ ਸਿੰਘ। ਸੁਮਾਨਕ, 34 ਸਾਲ ਲੱਗ ਗਏ, ਮੈਨੂੰ ਲੱਗਦਾ ਹੈ ਕਿ ਉਸ ਟਾਈਮ ਤਾਂ ਸ਼ਾਇਦ ਅਸੀਂ ਹੋਵਾਂਗੇ ਵੀ ਨਹੀਂ ਜਦੋਂ ਇਹ ਹੋ ਗਿਆ ਸੀਗਾ, ਜੈਨੋਸਾਈਡ ਜਿਹਨੂੰ ਕਿਹਾ ਜਾਂਦਾ ਹੈ। ਸੱਜਣ ਕੁਮਾਰ ਨੂੰ 34 ਸਾਲ ਬਾਅਦ ਉਮਰ ਕੈਦ ਦੀ ਸਜ਼ਾ ਦਾ ਫੈਸਲੇ ਦਾ ਕਿਸ ਤਰ੍ਹਾਂ ਦੇਖਦੇ ਹੋ, ਸਵਾਗਤ ਕਰਦੇ ਹੋ ਜਾਂ ਨਹੀਂ? ਨਹੀਂ, ਸਵਾਗਤ ਇੱਦਾਂ ਨਾ, ਇੰਨੇ ਸਾਲ ਲਮਕਾ ਕੇ ਫੈਸਲੇ ਨੂੰ,
ਅੱਜ ਸਿਰਫ ਪੋਲੀਟਿਕਸ ਦੇ ਲਈ ਆਪਣੇ ਇੱਕ ਕਹਿ ਸਕਦੇ ਮੋਦੀ ਜੀ ਨੇ ਹੀ ਆਪਦਾ ਸਟੰਟ ਇੱਕ ਆਪਦੇ ਵੱਲ ਖਿੱਚਣ ਲਈ ਸਿੱਖ ਵੋਟ, ਕਿਉਂਕਿ ਉਹਨਾਂ ਦੀ ਇਸ ਟਾਈਮ ਤੁਹਾਨੂੰ ਪਤਾ ਲਾਸਟ ਜਿਹੜੇ ਇਲੈਕਸ਼ਨ ਹੋਏ ਨੇ ਹੁਣ ਉਹਨਾਂ 'ਚ ਦੇਖੋ ਉਹਨਾਂ ਦੀ ਕਿੱਡੀ ਵਧੀਆ ਹਾਰ ਹੋਈ ਹੈ ਉਹਨਾਂ ਦੀ। ਕੁਛ ਕੀ ਸਿਆਸਤ ਕੁਛ ਕਿ ਪੰਜਾਬ ਦੇ ਜਿਹੜੀ ਪੋਲੀਟਿਕਸ ਹੈ ਇਸ ਵਾਰ ਪ੍ਰਕਾਸ਼ ਸਿੰਘ ਬਾਦਲ ਹੋ ਗਿਆ ਨਾ, ਉਹਨਾਂ ਨੂੰ ਇੱਥੇ ਹਾਰ ਦਾ ਮੂੰਹ ਦੇਖਣਾ ਪੈ ਰਿਹਾ, ਉਹ ਵੀ ਥੋੜ੍ਹਾ ਜਿਹਾ ਪ੍ਰਭਾਵ ਪਾ ਰਹੇ ਸੀ ਕਿ ਕੁਛ ਨਾ ਕੁਛ ਕੀਤਾ ਜਾਵੇ, ਇੱਦਾਂ ਦਾ ਸਾਰਿਆਂ ਨੂੰ ਡਿਵਰਟ ਕੀਤਾ ਜਾਵੇ ਸਾਰੇ ਕਿਸਮ ਲੈ ਕੇ। ਅਤੇ ਫਿਰ ਕੁਛ ਕਹਿ ਸਕਦੇ ਉਹਨਾਂ ਦੀ ਏਜ ਵੀ ਹੁਣ ਜੇਖੋ ਕਿੱਥੋਂ ਤੱਕ ਪਹੁੰਚ ਚੁੱਕੀ ਹੈ, ਮੈਂ ਸੁਣਿਆ 2-3 ਸਾਲਾਂ ਤੱਕ ਥੋੜ੍ਹੀ ਉਹਨਾਂ ਦੀ ਨਾ ਏਜ 75 ਦੇ ਨੀਅਰ ਅਬਾਊਟ ਹੋ ਜਾਣੀ। ਫਿਰ ਉਸ ਤੋਂ ਬਾਅਦ ਤਾਂ ਉਹਨਾਂ ਦੀ ਜਿਹੜੀ ਆ ਸਜ਼ਾ ਹੋਈ ਆ ਉਹਨਾਂ ਨੂੰ, ਉਹ ਤਾਂ ਉਦਾਂ ਹੀ ਡਿਸਮਿਸ ਸਾਰਾ ਕੁਛ ਹੋ ਕੇ ਉਹਨਾਂ ਨੂੰ ਉੱਪਰ ਸੁਪਰੀਮ ਕੋਰਟ 'ਚ ਤਾਂ ਲਾਈ ਆ ਹੁਣ, ਅਤੇ ਸੁਪਰੀਮ ਕੋਰਟ 'ਚੋਂ ਉਹਨਾਂ ਨੂੰ ਉੱਦਾਂ ਸਟੇਅ ਮਿਲ ਜੂ ਜਾਂ ਕੁਛ ਵੀ ਉਹਨਾਂ ਨੂੰ ਜ਼ਮਾਨਤ ਵਗੈਰਾ ਮਿਲ ਜੂਗੀ ਉਹਨਾਂ ਨੂੰ। ਯਾਨੀ ਕਿ ਮੰਨਦੇ ਹੋ ਕਿ 2019 ਦੀਆਂ ਚੋਣਾਂ ਨੂੰ ਦੇਖਦੇ ਹਾਂ ਸਟੰਟ ਖੇਡਿਆ ਗਿਆ? ਹਾਂਜੀ ਹਾਂਜੀ ਸ਼ੋਰ। ਹਾਂਜੀ, ਇਹ ਹਾਈ ਕੋਰਟ ਦਾ ਫੈਸਲਾ ਆਇਆ, ਹਜੇ ਵੀ ਸੁਪਰੀਮ ਕੋਰਟ ਦੇ ਕੋਲ ਜਾਣਾ ਬਾਕੀ ਪਿਆ ਹੈ, ਜਾਂ ਮੰਨਦੇ ਹੋ ਕਿ ਸੱਜਣ ਕੁਮਾਰ ਨੂੰ ਫਾਂਸੀ ਹੋਣੀ ਚਾਹੀਦੀ? ਹਾਂਜੀ ਹੋਣੀ ਚਾਹੀਦੀ ਸੀ, ਕਿਉਂਕਿ ਆਪਾਂ ਦੇਖਦੇ ਹਾਂ ਜਿੱਦਾਂ ਪੁਰਾਣੇ ਜਿੰਨਾ ਵੀ ਕੋਈ ਆਪਣੇ ਬੇਅੰਤ ਸਿੰਘ ਜੀ ਉਹਨਾਂ ਦਾ ਹੋਇਆ ਸੀਗਾ ਜਦੋਂ ਮਰਡਰ ਉਹਨਾਂ ਦਾ ਹੋਇਆ ਕੁਛ ਵੀ, ਤਾਂ ਉਹ ਹਜੇ ਤੱਕ ਵੀ ਜੇਲ੍ਹਾਂ ਵਿੱਚ ਬੈਠੇ ਨੇ। ਐਟ ਏ ਟਾਈਮ ਉਹਨੂੰ ਚੱਕ ਕੇ ਸੱਟ ਦਿੱਤਾ ਸੀ ਜੇਲ੍ਹ 'ਚ, ਐਟ ਏ ਟਾਈਮ ਰਿਜ਼ਲਟ ਦਿੱਤਾ, ਉਹ ਫਿਰ ਲੀਡਰ ਸੀ ਕਿ ਪੰਜਾਬ ਦੇ, ਉਹਨਾਂ ਦੇ ਹੱਥ ਗੇਮ ਸੀਗੀ। ਅਤੇ ਇਹ ਸਰ ਆਮ ਗੱਲ ਹੋ ਗਈ ਵੀ ਇਹ ਵੀ ਹੁਣ ਆਪ ਲੀਡਰ ਹੈ, ਜਿਹਨੇ ਕੁਛ ਕੀਤਾ ਹੋਵੇ ਅਤੇ ਉਹਨੂੰ ਕੁਛ ਅੱਜ ਤੱਕ ਫੜਿਆ ਨਹੀਂ ਉਹਨਾਂ ਨੇ। ਕੀ ਨਾਮ ਹੈ? ਰਾਜਬੀਰ ਸਿੰਘ। ਰਾਜਬੀਰ, ਕੀ ਲੱਗਦਾ ਹੈ ਕਿ 34 ਸਾਲ ਅਤੇ ਸਿਰਫ ਉਮਰ ਕੈਦ ਦੀ ਸਜ਼ਾ, ਉਹ ਵੀ ਜਿਵੇਂ ਇਹਨਾਂ ਨੇ ਕਿਹਾ ਕਿ ਅੱਧੇ ਤੋਂ ਵੱਧ ਸਾਲ ਦੀ ਉਮਰ ਤਾਂ ਉਹਦੀ ਲੰਘ ਗਈ ਹੈ, ਉਸ ਤੋਂ ਬਾਅਦ ਕਿੰਨਾ ਕੁ ਸਹੀ ਹੈ? ਇਹ ਤਾਂ ਜੀ ਹੁਣ ਰਾਜਨੀਤੀ ਆ, ਜੇ ਦੇਖਿਆ ਜਾਵੇ ਜੇ ਸਜ਼ਾ ਦੇਣੀ ਸੀ ਤਾਂ ਬਹੁਤ ਟਾਈਮ ਪਹਿਲਾਂ ਦੇਣੀ ਚਾਹੀਦੀ ਸੀ। ਇਹ ਤਾਂ ਹੁਣ ਪਤਾ ਨਹੀਂ ਪੋਲੀਟਿਕਸ ਬਹੁਤ ਕੁਛ ਕਰਵਾ ਦਿੰਦੀ ਆ, ਅਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਮੇਰੇ ਹਿਸਾਬ ਨਾਲ। ਹਾਂਜੀ, ਕਿਉਂਕਿ ਬਹੁਤ ਵੱਡਾ ਕਤਲੇਆਮ ਜਿਹੜਾ ਹੋਇਆ ਸੀ ਦਿੱਲੀ ਵਿੱਚ, ਹਾਂਜੀ ਉਹਦੇ ਅਕੋਰਡਿੰਗ ਸਜ਼ਾ ਬਹੁਤ ਘੱਟ। ਹਾਂਜੀ ਹਾਂਜੀ, ਬਹੁਤ ਜ਼ਿਆਦਾ ਘੱਟ ਹੈ ਜੀ, ਫਾਂਸੀ ਦੀ ਸਜ਼ਾ ਅਸੀਂ ਤਾਂ ਕਹਿੰਦੇ ਹਾਂ ਜੀ ਹੋਣੀ ਚਾਹੀਦੀ। ਬਹੁਤ ਬਹੁਤ ਸ਼ੁਕਰੀਆ, ਇਹਨਾਂ ਨੇ ਬਿਲਕੁਲ ਗੱਲ ਸਹੀ ਕਹੀ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ, ਕਿਉਂਕਿ ਜਿੰਨਾ ਵੱਡਾ ਕਤਲੇਆਮ ਸੀ ਉਸ ਹਿਸਾਬ ਦੇ ਨਾਲ ਜਿਹੜਾ ਹੈ ਉਹ ਸੱਜਣ ਕੁਮਾਰ ਨੂੰ ਜਿਹੜਾ ਹੈ ਉਹ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ, ਕਿਉਂਕਿ ਜੋ ਸਭ ਉਸ ਟਾਈਮ 'ਤੇ ਦੇਖਿਆ ਲੋਕਾਂ ਨੇ ਸੱਜਣ ਕੁਮਾਰ ਦੀ ਮੁੱਖ ਭੂਮਿਕਾ ਜਿਹੜੀ ਸੀ ਉਸ ਨੇ ਅਦਾ ਕੀਤੀ, ਅਤੇ ਇੰਨੀ ਵੱਡੀ ਜਿਹੜੀ ਹੈ ਉਹ ਨਰਸ ਹਾਰ ਕਹਿ ਸਕਦੇ ਹਾਂ, ਜੈਨੋਸਾਈਡ ਜਿਹੜਾ ਡਿਕਲੇਅਰ ਕਰ ਦਿੱਤਾ ਗਿਆ ਹੈ ਉਹਦੇ ਮੁਕਾਬਲੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ 'ਤੇ ਜਾਣਾ, ਉਹ ਵੀ ਜਿਹੜਾ ਕਿਉਂਕਿ ਉਹਦੀ ਅੱਧੇ ਤੋਂ ਵੱਧ ਜਿਹੜੀ ਉਮਰ ਹੈ ਉਹ ਹੁਣ ਨਿਕਲ ਗਈ ਹੈ, ਇਹ ਬਹੁਤ ਜ਼ਿਆਦਾ ਜਿਹੜੀ ਹੈ ਉਹ ਘੱਟ ਹੈ। ਹੋਰ ਵੀ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ। ਕੀ ਨਾਮ ਹੈ? ਨਾਮ ਜਸਪਾਲ ਸਿੰਘ ਹੈ ਜੀ। ਜਸਪਾਲ ਸਿੰਘ ਜੀ, 34 ਸਾਲ ਲੱਗ ਗਏ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਾ ਜਿਹੜਾ ਹੈ ਫੈਸਲਾ ਦੇਣ ਦੇ ਲਈ, ਹਾਲੇ ਵੀ ਜਿਹੜੀ ਹੈ ਉਹ ਕੀ ਲੱਗਦਾ ਕਿ ਰਾਹਤ ਮਿਲੀ ਹੈ ਜਾਂ ਫਿਰ ਇਹ ਫੈਸਲਾ ਪੂਰੀ ਤਰ੍ਹਾਂ ਸੰਤੁਸ਼ਟ ਹੋ? ਨਹੀਂ, ਸੰਤੁਸ਼ਟ ਤਾਂ ਨਹੀਂ ਹੈ ਜੀ, ਥੋੜ੍ਹੀ ਜਿਹੀ ਰਾਹਤ ਮਿਲੀ ਹੈ ਜੀ, ਜਿਹਨੂੰ ਕਿ ਉਮਰ 'ਚ ਕਹਿ ਰਹੇ ਸੱਜਾ ਨਾ, ਇਹ ਬਸ ਰਾਹਤ ਹੀ ਹੈ ਜੀ ਸਮਝ ਲਓ, ਮਤਲਬ ਫਾਂਸੀ ਹੋਣੀ ਚਾਹੀਦੀ ਇਹੋ ਜਿਹੇ ਬੰਦੇ ਨੂੰ ਜਿਹਨੇ ਇੰਨੇ ਸਿੱਖਾਂ ਦਾ ਕਤਲ ਕਰਵਾਇਆ, ਇੰਨਾ ਕੁਛ ਕਰਵਾ ਚੁੱਕਿਆ ਇਹੋ। ਸਿੱਖਾਂ ਦੇ ਨਾਲ ਸ਼ੁਰੂ ਤੋਂ ਵਧੀਕੀਆਂ ਜਿਹੜੀਆਂ ਉਹ ਹੁੰਦੀਆਂ ਉਦੋਂ ਹੀ ਚੱਲਦੀਆਂ ਆ ਰਹੀਆਂ ਜੀ, ਇਹ ਅਤੇ ਘੱਟ ਗਿਣਤੀ ਵਿੱਚ ਮੰਨਿਆ ਜਾਂਦਾ ਇਹਨੂੰ, ਪਰ ਇੱਦਾਂ ਦੇ ਸਿਸਟਮ ਬਹੁਤ ਆਉਂਦੇ। ਸੱਜਣ ਕੁਮਾਰ ਨੂੰ ਤਾਂ ਜਿਹੜੀ ਸਜ਼ਾ ਹੋ ਗਈ ਹੈ ਪਰ ਅਜੇ ਵੀ ਜਗਦੀਸ਼ ਟਾਈਟਲਰ ਵਰਗੇ ਹੋਰ ਬਹੁਤ ਸਾਰੇ ਮੁਲਜ਼ਮ ਸ਼ਰੇਆਮ ਬਾਹਰ ਘੁੰਮ ਰਹੇ ਨੇ, ਕੀ ਲੱਗਦਾ ਹੈ? ਮੈਡਮ ਘੁੰਮ ਤਾਂ ਰਹੇ ਬਹੁਤ ਜੀ, ਇਹ ਸਾਰੀ ਮਿਲੀ ਭੁਗਤ ਹੈ ਕਾਂਗਰਸ ਦੀ ਜੀ, ਜਿਹੜੇ ਇਹਦੀ ਸ਼ਹਿਰ ਨਾਲ ਚੱਲਦਾ ਸਭ ਕੁਝ ਚੱਲਦਾ ਜਿਹੜਾ ਜੀ, ਇਹ ਆਪਣੇ ਲੀਡਰ ਨੂੰ ਬਚਾਈ ਜਾਂਦੇ ਜੀ, ਅਤੇ ਬਸ ਜਦ ਵੋਟਾਂ ਆਉਣ ਲੈਣੀ ਆਉਂਦੀ ਜਦ ਮੁੱਦਾ ਚੱਕ ਲੈਂਦੇ ਆਪਣਾ। ਮੰਨਦੇ ਹੋ ਕਿ 2019 ਦੀਆਂ ਚੋਣਾਂ ਨੇੜੇ ਆ ਗਈਆਂ ਨੇ, ਉਹਦੇ ਕਰਕੇ ਇਹ ਸਟੰਟ ਖੇਡਿਆ ਗਿਆ? ਉਹਦੇ ਕਰਕੇ, ਵੋਟਾਂ ਕਰਕੇ ਚੱਕ ਰਹੇ ਜੀ, ਜਿਹੜੀ ਇੰਨੀ ਕਿਨ ਵੀ ਇਹ ਉਮਰ ਕਦੀ ਸਜ਼ਾ ਹੋਈ ਨਾ, ਸਿਰਫ ਐਸੀ ਕਰਕੇ ਜੀ। ਕੀ ਨਾਮ ਹੈ? ਦਲਜੀਤ ਸਿੰਘ ਜੀ। ਦਲਜੀਤ, ਕੀ ਲੱਗਦਾ ਹੈ ਕਿ ਇਹ ਜਿਹੜਾ ਹੁਣ ਆਖਿਰਕਾਰ ਇੰਨੇ ਸਾਲ ਤੱਕ ਸੱਜਣ ਕੁਮਾਰ ਦੇ ਉੱਪਰ ਜਿਹੜੇ ਕੇਸ ਚੱਲਦੇ ਰਹੇ, ਹੁਣ ਬਿਲਕੁਲ ਇੱਕਦਮ ਆਣ ਕੇ ਜਿਹੜਾ ਉਹਨੂੰ ਉਮਰ ਕੈਦ ਦੀ ਸਜ਼ਾ ਉਹ ਵੀ ਹਾਈ ਕੋਰਟ ਵੱਲੋਂ ਸੁਣਾਈ ਗਈ ਹੈ, ਜਿੱਥੇ ਤੇ ਸੱਜਣ ਕੁਮਾਰ ਨੇ ਕਹਿ ਦਿੱਤਾ ਕਿ ਉਹ ਸੁਪਰੀਮ ਕੋਰਟ ਜਾਵੇਗਾ, ਹਜੇ ਵੀ ਉਹ ਇਹ ਨਹੀਂ ਕਹਿ ਸਕਦੇ ਕਿ ਉਹਨੂੰ ਕੰਪਲੀਟ ਸਜ਼ਾ ਹੋ ਗਈ ਹੈ? ਨਹੀਂ ਜੀ, ਕਹਿ ਤਾਂ ਨਹੀਂ ਸਕਦੇ ਹੈਗੇ ਜਦ ਤੱਕ ਸਜ਼ਾ ਸੁਣਾਈ ਨਹੀਂ ਜਾਂਦੀ ਵੀ ਹਾਂ ਇਹਨੂੰ ਫਾਂਸੀ ਹੋਊਗੀ ਜਾਂ ਕੁਛ ਹੋਏਗਾ, ਜਦ ਤੱਕ ਤਾਂ ਨਹੀਂ ਕਲੀਅਰ ਤਾਂ ਨਹੀਂ ਹੋ ਸਕਦਾ ਮੈਮ, ਇਹ ਤਾਂ ਹੋ ਸਕਦਾ ਵੀ ਰਾਜਨੀਤਿਕ ਜੀ ਹੋਵੇ, ਇੱਦਾਂ ਤਾਂ ਹੋ ਸਕਦਾ ਜੀ। ਕੀ ਲੱਗਦਾ ਹੈ ਕਿ ਇੰਨੇ ਸਾਲ ਕਿਉਂ ਲੱਗ ਗਏ, ਸਾਡੇ ਸਿਸਟਮ ਦੀ ਖਰਾਬੀ ਹੈ ਜਾਂ ਸਾਡੀਆਂ ਸਰਕਾਰਾਂ? ਖਰਾਬੀ ਹੈ ਜੀ, ਸਾਡੀ ਸਰਕਾਰਾਂ ਦੀ ਖਰਾਬੀ, ਹੋਰ ਕੀ ਹੈ ਜੀ, ਮਿਲੀ ਭੁਗਤ ਚੱਲਦੀ ਹੈ ਸਰਕਾਰਾਂ, ਜੇ ਸਹੀ ਹੋਣ ਤਾਂ ਜਿਹਦੇ ਜਿੱਦਾਂ ਦੇ ਬੰਦੇ ਨੇ ਇਹਨਾਂ ਨੂੰ ਸਖ਼ਤੇ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜੀ। ਜਿਹੜੇ ਬਾਕੀ ਅਜੇ ਬਾਹਰ ਘੁੰਮ ਰਹੇ ਨੇ, ਦੇਖੋ ਜੀ ਇਹ ਤਾਂ ਜਿਹੜੇ ਮਤਲਬ ਕਿ ਜਿਨ੍ਹਾਂ ਤੋਂ ਚਲੋ ਘੁੰਮ ਵੀ ਰਹੇ ਨੇ ਉਹਨਾਂ ਦੀ ਵੀ ਮਿਲੇ ਭੁਗਤੀ ਹੈ, ਹੋਰ ਕੀ ਹੈ ਜੀ, ਜੇ ਸਰਕਾਰ ਕਰਨੀ ਚਾਹੀਦੀ ਤਾਂ ਸਭ ਕੁਛ ਕਰ ਸਕਦੀ ਹੈ ਜੀ। ਸੋ ਬਿਲਕੁਲ ਜੀ, ਸਾਰੇ ਹੀ ਜਿਹੜੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਸੱਜਣ ਕੁਮਾਰ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਉਹ ਤੋਂ ਸੰਤੁਸ਼ਟ ਜਿਹੜਾ ਹੈ ਉਹ ਕੋਈ ਵੀ ਪੰਜਾਬੀ, ਕੋਈ ਵੀ ਭਾਰਤ
ਫਿਲਹਾਲ ਸੱਜਣ ਕੁਮਾਰ ਨੂੰ ਤਾਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ, ਪਰ ਅਜੇ ਤੱਕ ਵੀ ਜਿਹੜਾ ਹੈ ਉਹ ਸੱਜਣ ਦੀ ਪੂਰੀ ਤਰ੍ਹਾਂ ਦਾ ਸਜ਼ਾ ਦਾ ਐਲਾਨ ਨਹੀਂ ਹੋਇਆ, ਕਿਉਂਕਿ ਸੱਜਣ ਨੇ ਕਹਿ ਦਿੱਤਾ ਕਿ ਉਹ ਸੁਪਰੀਮ ਕੋਰਟ ਜਾਵੇਗਾ। ਅੱਗੇ ਇਹ ਮਾਮਲਾ ਹੋਰ ਕਿੰਨੀ ਦੇਰ ਚੱਲੇਗਾ, ਇਹ ਫਿਲਹਾਲ ਜਿਹੜਾ ਇੱਕ ਵੱਡਾ ਸਵਾਲ ਬਣਿਆ ਹੋਇਆ। ਅਤੇ ਨਾਲ ਹੀ ਨਾਲ 34 ਵਰੇ ਬੀਤ ਗਏ ਨੇ, ਪਰ ਅਜੇ ਵੀ ਟਾਈਟਲਰ ਵਰਗੇ ਬਹੁਤ ਸਾਰੇ ਮੁਲਜ਼ਮ ਬਾਹਰ ਘੁੰਮ ਰਹੇ ਨੇ, ਜਿਨ੍ਹਾਂ ਦਾ ਸਲਾਖਾਂ ਪਿੱਛੇ ਜਾਣਾ ਜਿਹੜਾ ਹੈ ਉਹ ਬੇਹੱਦ ਜ਼ਰੂਰੀ ਹੋ, ਕਿਉਂਕਿ ਇੰਤਜ਼ਾਰ ਕਰਦੇ ਕਰਦੇ ਕਈ ਪੀੜਿਤ ਪਰਿਵਾਰ ਤਾਂ ਰੱਬ ਨੂੰ ਪਿਆਰੇ ਹੋ ਗਏ ਅਤੇ ਕਈਆਂ ਦੀਆਂ ਜਿਹੜੀਆਂ ਅੱਡੀਆਂ ਤੱਕ ਘੱਸ ਗਈਆਂ ਨੇ ਸਰਕਾਰਾਂ ਦੇ ਦੁਆਰੇ ਜਾ ਕੇ, ਜਿਸ ਲਈ ਹੁਣ ਸਜ਼ਾ ਜੇਕਰ ਨਹੀਂ ਮਿਲੀ ਤਾਂ ਫਿਰ ਜਸਟਿਸ ਡਿਲੇਜ਼ ਜਸਟਿਸ ਡਿਲਾਈਡ ਜਿਹੜਾ ਹੋ ਜਾਂਦੀ ਹੈ ਗੱਲ। ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਇਹਨਾਂ ਹੀ, ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੇਂ ਵਿਸ਼ੇ ਦੇ ਉੱਪਰ ਕਰਾਂਗੇ ਗੱਲਬਾਤ। ਫਿਲਹਾਲ ਮੈਨੂੰ ਯਾਨੀ ਅੰਮ੍ਰਿਤ ਵਿਰਦੀ ਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।